ਰਾਜੇ ਸਲਵਾਨ ਨੇ ਪੂਰਨ ਦੀ ਬੇਗੁਨਾਹੀ ਦੀ ਇੱਕ ਗੱਲ ਨਾ ਸੁਣੀ ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਸਾਹਾਂ ਤੋਂ ਪਿਆਰੇ ਤੇ ਸੈਂਕੜੇ ਸੁਪਨਿਆਂ ਦੇ ਸਰਗੀ ਦੇ ਸੂਰਜ ਪੂਰਨ ਪੁੱਤਰ ਨੂੰ ਆਖਰੀ ਲੋਰੀ ਦੇਣ ਲਈ ਮਾਂ ਇੱਛਰਾਂ ਮੁਸ਼ਕਾਂ ਬੰਨ ਕੇ ਕਤਲ ਕਰਨ ਵਾਸਤੇ ਲਈ ਜਾਂਦੇ ਜਲਾਦਾਂ ਦੇ ਮੁਖੀ ਦੀ ਜਿਵੇਂ ਤੜਪ ਤੜਪ ਕੇ ਤਰਲੇ ਤੇ ਮਿੰਨਤਾਂ ਕਰਦੀ ਹੈ, ਉਸ ਦ੍ਰਿਸ਼ ਨੂੰ ਸ਼੍ਰੋਮਣੀ ਕਮਿਸ਼ਨਰ ਕਰਨੈਲ ਸਿੰਘ ਪਾਰਸ ਰਾਮੂ ਵਾਲੀਆ ਜੀ ਦੀ ਰਚਨਾ ਰਾਹੀਂ ਇੰਜ ਪੇਸ਼ ਕਰ ਰਹੇ ਹਾਂ। ਰਾਜੇ ਤੋਂ ਚੋਰੀ ਵੇ ਮੇਰੇ
ਚਕੋਰੀ ਹੁਣ ਜਾਂਦੀ।